बिस्मिल्ला रहमीम असलम विवर्स की हाल ने मीर सारे ठीक होंगे अल्लाह ताला सारे अनु अपने घर खुश रखिया बात रखे आमीन सुमा आमीन जी तो व्यवर्स अच्छ आप बनावे आलू गोश्त बहुत ही मज़ेदार बहुत ही आसान रेसिपी है तो वीडियो पूरी देखना ये आसा मसाला भी शामिल करा जो सालन में बहुत अच्छी खुशबू देगा बहुत अच्छा जायका देगा लेकिन वो वीडियो पूरी देखनी है दे ਤੇ ਉਹ ਜਦੋਂ ਪਾਵਾਂਗੀ ਉਦੋਂ ਤੁਹਾਨੂੰ ਦਿਖਾਵਾਂਗੇ ਕਿ ਉਹ ਹੀ ਮਸਾਲਾ ਹੈ ਤੇ ਨਾਲ ਤੁਹਾਨੂੰ ਦੱਸਾਂਗੇ ਕਿ ਅਸੀਂ گوشਤ ਨੂੰ ਕਿਸ ਤਰੀਕੇ ਨਾਲ ਤੋਤਾ ਪਿਆਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਗਲਣਾ ਹੈ ਤੇ ਸਾਰੀਆਂ ਗੱਲਾਂ ਦੇਖਣ ਲਈ ਤੇ ਵੀਡੀਓ ਨੂੰ ਤੁਸੀਂ ਪੂਰੀ ਦੇਖਣਾ ਚਲੋ ਦੇਖਦੇ ਹਾਂ ਰੈਸਪੀ ਸਟਾਰਟ ਕਰਦੇ ਹਾਂ ਬਿਸਮਿਲਲਾ ਰਹਿਮਾਨ ਨ ਰਹੀਮ ਤੇ ਪਤਿਲੇ ਵਿੱਚ ਮੈਂ ਅੱਧਾ ਕਿਲੋ ghee ਪਾ ਲਿਆ ਇਹ ਅੱਧਾ ਕਿਲੋ ਪਹਿਲੇ ਮੈਂ ਪਾਇਆ ਸੀ ਫਿਰ ਉਹ ਮੈਨੂੰ ਥੋੜਾ ਲੱਗਾ ਤੇ ਮੈਂ ਫਿਰ ਅੱਧ-ਪੱਧ ghee ਵਿੱਚ ਹੋਰ ਪਾ ਦਿੱਤਾ ਇਹ ਤਕਰੀਬਨ 2.5 ਆ ਗਿਆ ਪਾਇਆ ਹੈ 3 ਕਿਲੋ ਗੋਸ਼ਟ ਹੈ 3 ਕਿਲੋ ਆਪਣੇ ਆਲੂ ਨੇ ਤੇ ਟੋਟਲ 6 ਕਿਲੋ ਦੀ ਰੈਸਿਪੀ ਹੈ ਪਿਆਜ਼ ਤੁਸੀਂ ਬਿਲਕੁਲ ਜਾਂ ਤੇ ਬਰੀਕ ਕੱਟ ਲੋ ਉਹਨੂੰ ਲੰਬੇ ਰੋਖ ਜੇ ਕੱਟਣਾ ਹੈ ਤੇ ਬਿਲਕੁਲ ਬਰੀਕ ਕੱਟੋ ਜੇ ਗੋਲ ਕੱਟਣਾ ਹੈ ਤੇ ਰਿੰਗ ਵਾਲਾ ਗੋਲ ਨਹੀਂ ਤੁਸੀਂ ਕੱਟਣਾ ਉਹਨੂੰ ਦਰਮਿਆਨ ਚ ਪਹਿਲੇ ਪਿਆਜ਼ ਦੇ ਦੋ ਹਿੱਸੇ ਕਰ ਲੈਣੇ ਨੇ ਫਿਰ ਬਿਲਕੁਲ ਬਰੀਕ ਉਹਨੂੰ ਕੱਟਣਾ ਹੈ ਤੇ ਜਾਂ ਤੀਸਰੀ ਸੂਰਤ ਇਹ ਹਾਲ ਹੈ ਕਿ ਤੁਸੀਂ ਇਹਨੂੰ ਗ੍ਰੈਂਡਰ ਦੇ ਵਿੱਚ ਗ੍ਰੈਂਡ ਵੀ ਕਰ ਲੋ ਮੈਂ ਇਹਨੂੰ ਤਕਰੀਬਨ ਥੋੜਾ ਜਿਹਾ ਗ੍ਰੈਂਡ ਕੀਤਾ ਵੀ ਬਿਲਕੁਲ ਵੀ ਉਹਨੂੰ ਮੈਂ ਬਿਲਕੁਲ ਮੈਸ਼ ਨਹੀਂ ਕੀਤਾ ਉਹਨੂੰ ਲਿਕਵਰ ਤੇਰਾ ਨੀਬਾ ਲਿਆ ਤੇ ਪਿਆਜ਼ ਸ਼ਾਮਿਲ ਕਰ ਦਿੱਤਾ ਪਿਆਜ਼ ਤਕਰੀਬਨ ਸੋਤੇ ਹੋ ਗਿਆ ਤੇ ਦੋ ਤੇਜ਼ ਪਾਦ ਸ਼ਾਮਿਲ ਕਰਤੇ ਦੋ ਵੱਡੀਆਂ ਲਾਈਚੀਆਂ ਸ਼ਾਮਿਲ ਕਰ ਦਿੱਤੀਆਂ ਨੇ ਵੱਡੀ ਲਾਈਚੀ ਪਾਣੀ ਬਹੁਤ ਜ਼ਰੂਰੀ ਹੈ ਇਹਦੀ ਵਜ੍ਹਾ ਤੋਂ ਗੋਸ਼ਤੀ ਵਿੱਚ ਫਿਰ ਸਮੈਲ ਨਹੀਂ ਆਂਦੀ ਤੇ ਤਿੰਨ ਲੌਂਗ ਪਾ ਦਿੱਤੇ ਨੇ ਥੋੜਾ ਜਿਹਾ ਇਹਨਾਂ ਨੂੰ ਪੁੰਨਾਂਗੇ ਤੇ ਨਾਲ ਹੋਏ ਥੋੜੀ ਜਿਹੀ ਦਾਰਚਿਨੀ ਤੇ ਦੋ ਤਿੰਨ ਛੋਟੇ ਛੋਟੇ ਪੀਸ ਪਾ ਦਾਂਗੇ ਤੇ ਇਹ ਆਪਾਂ ਵੱਡੇ ਮਸਾਲੇ ਜਿਹੜੇ ਪਾਉਣੇ ਸੀ ਇਹ ਪਾ ਲਏ ਆ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਵਿੱਚ ਪਿਆਜ਼ ਦੇ ਨਾਲ ਤਾਂ ਕਿ ਇਹਨਾਂ ਦਾ ਵੀ ਜਿਹੜਾ ਟੇਸਟ ਆ ਉਹ ਅੱਛੇ ਤਰੀਕੇ ਨਾਲ ਵਿੱਚ ਆ ਜਾਏ ਖੁਸ਼ਬੂ ਆ ਜਾਵੇ ਮਸਾਲੇ ਦੇ ਵਿੱਚ ਤੇ ਗੋਸਟ ਜਿਹੜਾ ਤੁਸੀਂ ਉਹਨੂੰ ਲੈ ਕੇ ਉਹਨੂੰ ਅੱਛੇ ਤਰੀਕੇ ਨਾਲ ਧੋਣਾ ਹੈ ਉਹਨੂੰ ਸਿਰਕਾ ਤੇ ਨਮਕ ਪਾ ਕੇ ਪਹਿਲੇ 5-10 ਮਿੰਟ ਲਈ ਰੱਖ ਦੇਣਾ ਫਿਰ ਉਹਨੂੰ ਧੋਣਾ ਹੈ ਧੋ ਕੇ ਉਹਨੂੰ ਤੁਸੀਂ ਕਿਸੇ ਜਾਲੀ ਦੀ ਬਾਸਕਟ 'ਚ ਪਾ ਕੇ ਰੱਖਣਾ ਤਾਂ ਕਿ ਉਹਦਾ ਪਾਣੀ ਜਿਹੜਾ ਨੁੱਚੜ ਜਾਵੇ ਤੇ ਫਿਰ ਉਹ ਅੱਛੇ ਤਰੀਕੇ ਨਾਲ ਫਰਾਈ ਹੋ ਜਾਂਦਾ گوشਤ ਉਹਦੇ ਨਾਲ گوشਤ ਦੀਆਂ ਬੋਟੀਆਂ ਬिखरਦੀਆਂ ਵੀ ਨਹੀਂ ਖੁਰਦਾ ਨਹੀਂ ਜਿਹਨੂੰ ਆਪਾਂ ਕਹਿੰਨੇ ਆ ਠੀਕ ਹੈ گوشਤ ਸੋਣਾ ਸੁਣਾ ਫਿਰ ਪੱਕਦਾ ਹੈ ਤੇ ਇਸ ਲਈ گوشਤ ਨੂੰ ਤੁਸੀਂ ਇਹ ਜ਼ਰੂਰ ਖਿਆਲ ਰੱਖਣਾ ਧੁੰਦੀਆਂ ਸਾਰੀ ਤੁਸੀਂ ਇਹਨੂੰ ਹਾਂਡੀ 'ਚ ਨਹੀਂ ਪਾ ਦੇਣਾ ਤੇ ਐ ਆਪਾਂ گوشਤ ਪਾ ਲਿਆ ਹੈ ਵੀਦਾ ਰੰਗ ਬਦਲਣ ਤਾਂ ਕਿ ਇਹਨੂੰ ਆਪਾਂ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਬਾਕੀ ਦੀਆਂ ਚੀਜ਼ਾਂ ਇਹਦੇ ਵਿੱਚ ਪਾਵਾਂਗੇ ਤੇ ਤੁਸੀਂ ਓਨੀ ਦੇਰ ਇਸ ਤਰ੍ਹਾਂ ਕਰੋ ਕਿ ਦੌੜ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇ ਨਾਲ ਹੀ ਘੰਟੀ ਦੇ ਬਟਨ ਨੂੰ ਵੀ ਨੱਪ ਦਿਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਜਿਹੜੀ ਆ ਤੁਹਾਡੇ ਤੱਕ ਪਹਿਲੇ ਪਹੁੰਚੇ ਬਾਕੀ ਜੇ ਤੁਸੀਂ ਇਹ ਹੀ ਵੀਡੀਓ ਜਿਹੜੀ ਆ ਤੁਹਾਨੂੰ ਉਰਦੂ ਚ ਚਾਹੀਦੀ ਆ ਤਾਂ ਸਾਡੇ ਐਲ ਐਫ ਫੂਡ ਕਲੈਕਸ਼ਨ ਚੈਨਲ ਤੇ ਜਾ ਕੇ ਤੁਸੀਂ ਉੱਥੇ ਦੇਖ ਸਕਦੇ ਹੋ ਨਾਲ ਇਹਨੂੰ ਆਪਣੇ ਭੈਣਾਂ ਭਰਾਵਾਂ ਚ ਜ਼ਰੂਰ ਸ਼ੇਅਰ ਕਰਿਆ ਜੇ ਤੇ ਆ ਮੇਰੇ ਕੋਲ ਹੁਣ ਪੰਜ ਛੇ ਛੋਟੀਆਂ ਇਲਾਇਚੀਆਂ ਵਾ ਜੈਫਲ ਆ ਜਵਤਰੀ ਆ ਤੇ ਇਹ ਫਿਰ ਜਿਹਨੂੰ ਪਾਵਾਂਗੇ ਉਹ ਤੁਹਾਨੂੰ ਦੱਸਾਂਗੇ ਇਹਨਾਂ ਨੂੰ ਕਿਦੋਂ ਪੋਣਾ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਰੱਖ ਲੈਣਾ ਤੁਸੀਂ ਪਹਿਲੇ ਇਹ ਫਿਰ ਤਾਂ ਦੱਸ ਨਹੀਂ ਕਿ ਦੋ ਪਾਣਾ ਇਹਨਾਂ ਨੂੰ ਹੁਣੇ ਨਹੀਂ ਪਾਣਾ ਤੇ ਆ ਤਕਰੀਬਨ 3-4 ਚਮਚੀਆਂ ਆਪਾਂ ਲਸਣ ਤੇ ਅਦਰਕ ਨੂੰ ਮੋਟਾ-ਮੋਟਾ ਕਰਕੇ ਕੋਟ ਲਿਆ ਬਿਲਕੁਲ ਬਰੀਕ ਕਰ ਲਓ ਮੋਟਾ ਕੋਟ ਲਓ ਕੋਈ ਮਸਲਾ ਨਹੀਂ ਇਹਨੂੰ ਕੁੰਡੀ 'ਚ ਕੁੱਟਣਾ ਤੁਸੀਂ ਗ੍ਰੈਂਡਰ ਵਾਲਾ ਜਿਹੜਾ ਨਾ ਉਹ ਨਹੀਂ ਤੁਸੀਂ ਪਾਣਾ ਤੇ ਇਹ ਕੋਸ਼ਿਸ਼ ਕਰਨੀ ਆ ਕਿ ਜਦੋਂ ਤੁਸੀਂ ਇਸ ਤਰੀਕੇ ਨਾਲ ਆਲੂ گوشਤ ਬਣਾਉਂ ਤਾਂ ਤੁਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਮਸਾਲੇ ਜਿਹੜੇ ਆ ਉਹ ਤੁਸੀਂ ਫਰੈਸ਼ ਹੀ ਪਾਣੇ ਆ ਕੁੱਟ ਕੇ ਪਾਣੇ ਆ ਫਰੈਸ਼ ਪਾਣੇ ਆ ਠੀਕ ਹੈ ਕੁੰਡੀ ਦੇ ਵਿੱਚ ਕੁੱਟੀ ਹੋਈ ਚੀਜ਼ ਦਾ ਜ਼ਾਇਕਾ ਹੀ ਹੋਰ ਹੁੰਦਾ ਹੈ ਬਾਕੀ ਗ੍ਰਾਈਂਡਰਸ ਆਪਾਂ ਕਰਤੇ ਲੈਨੇ ਆ ਜਿਆਦਾਤਰ ਇਸ ਲਈ ਬਸ ਆਰਾਮ ਵਾਸਤੇ ਕਿ ਸਾਰਾ ਜਲਦੀ ਹੋ ਜਾਂਦਾ ਕੰਮ ਲੇਕਿਨ ਜਦੋਂ ਇਦਾਂ ਕੋਈ ਸਪੈਸ਼ਲ ਬਣਾਉਣਾ ਹੋਵੇ ਤੇ ਉਦੋਂ ਥੋੜਾ ਜਿਹਾ ਸਪੈਸ਼ਲ ਕੰਮ ਵੀ ਕਰ ਲਿਆ ਕਰੋ ਨਾਲ ਤੇ ਆ 1.5 ਚਮਚੀ ਆਪਾਂ ਹਲਦੀ ਦੀ ਪਾ ਦਿੱਤੀ ਹੈ ਮਸਾਲੇ ਬਿਲਕੁਲ ਪੂਰੇ ਇਸ 6 ਕਿਲੋ ਦੀ ਰੈਸਿਪੀ ਨੂੰ ਤੇ ਤੁਸੀਂ ਵੀ ਇੰਨੇ ਹੀ ਮਸਾਲੇ ਪਾਣੇ ਨੇ ਜੇ ਤੁਸੀਂ ਘੱਟ ਖਾਂਦੇ ਹੋ ਥੋੜੇ ਘੱਟ ਕਰ ਲਿਆਏ ਤਾਂ ਜ਼ਿਆਦਾ ਨਾ ਪਾਇਆ ਜੇ ਜੇ ਤੁਸੀਂ ਜ਼ਿਆਦਾ ਮਸਾਲੇ ਪਾਓਗੇ ਤੇ ਫਿਰ ਤੁਹਾਡੀ ਮਿਹਦੇ ਨੂੰ ਖਰਾਬ ਕਰਨਗੇ ਆ 2 1/2 ਚਮਚੀਆਂ ਆਪਾਂ ਸੂਰਕ ਮਿਰਚ ਲਿਆ ਪਾਤੀਆਂ ਦੀਗੀ ਮਿਰਚ ਸੀਗੀਆਂ ਤੇ ਇੱਕ ਚਮਚੀ ਉਹਦੀ 1.5 ਚਮਚੀ ਪਾਈਆ ਸੁੱਕੇ ਧਨੀਏ ਦੀ ਪੀਸੇ ਹੋਏ ਦੀ ਅੱਧੀ ਚਮਚੀ ਸੁੱਕੇ ਉਹ ਜ਼ੀਰੇ ਦੀ ਪਾਤੀ ਹੈ ਪੀਸੇ ਹੋਏ ਦੀ ਤੇ ਨਾਲ ਥੋੜੀ ਜੀ ਕਾਲੀ ਮਿਰਚ ਪਾਤੀ ਆ ਤੇ ਆਪਾਂ ਅੱਧਾ ਕਿਲੋ ਟਮਾਟਰਾਂ ਦਾ ਪੇਸਟ ਸੀਗਾ ਉਹ ਜਿਹੜਾ ਪਾ ਦਿੱਤਾ ਇਹਦੇ ਵਿੱਚ ਤੇ ਹੁਣ ਇਹਨੂੰ ਚੰਗਾ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲਈਏ ਚੰਗੀ ਤਰ੍ਹਾਂ ਇਹਨੂੰ ਭੁੰਨ ਲਈਏ ਤੇ 3 ਚਮਚੇ ਹੁਣ ਆਪਾਂ ਨਮਕ ਦੇ ਪਾਵਾਂਗੇ ਇਹਦੇ ਵਿੱਚ ਤੇ ਜੇ ਤੁਸੀਂ ਸ਼ੋਰਬਾ ਥੋੜਾ ਜ਼ਿਆਦਾ ਲਾਣਾ ਤੇ ਤੁਸੀਂ ਫਿਰ ਨਮਕ ਆਪਣੇ ਹਿਸਾਬ ਨਾਲ ਥੋੜਾ ਜ਼ਿਆਦਾ ਵੀ ਕਰ ਸਕਦੇ ਹੋ ਲੇਕਿਨ ਜਿੰਨਾ ਤੁਸੀਂ ਖਾਂਦੇ ਹੋ ਉਸ ਹਿਸਾਬ ਨਾਲ ਤੁਸੀਂ ਨਮਕ ਪਾਣਾ ਹੈ ਬਹੁਤ ਜ਼ਿਆਦਾ ਵੀ ਨਹੀਂ ਪਾ ਲੈਣਾ ਮਿਕਸ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਬਹੁਤ ਹੀ ਮਜ਼ੇਦਾਰ ਸਾਲਨ ਆਪਣਾ ਬਣ ਕੇ ਤਿਆਰ ਹੋਊਗਾ ਲੇਕਿਨ ਤੁਸੀਂ ਇਹਦੇ ਲਈ ਸ਼ਰਤ ਇਹ ਹੈ ਕਿ ਰੈਸিপি ਨੂੰ ਫੁੱਲ ਫਾਲੋ ਕਰਨਾ ਹੈ ਤੇ ਇਹਨੂੰ ਵੀਡੀਓ ਨੂੰ ਪੂਰਾ ਦੇਖਣਾ ਹੈ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਚੀਜ਼ ਕਿਹੜੇ ਟਾਈਮ ਤੇ ਪਾਈ ਹੈ ਆਪਾਂ ਤੇ ਫਿਰ ਇਹ ਉਹ ਚੀਜ਼ਾਂ ਦਾ ਟੇਸ ਜਿਹੜਾ ਨਾ ਸਹੀ ਨਿਕਲਦਾ ਹਰ ਚੀਜ਼ ਪਹਿਲੋਂ ਵੀ ਨਹੀਂ ਪਾ ਦਿੱਤੀ ਤੇ ਹਰ ਚੀਜ਼ ਆਖਰ ਤੇ ਵੀ ਨਹੀਂ ਪਾਈ ਦੀ ਤੇ ਜੇ ਇਹੀ ਰੈਸিপি ਤੁਹਾਨੂੰ ਉਰਦੂ ਚ ਚਾਹੀਦੀ ਆ ਤੇ ਉਹ ਤੁਸੀਂ ਮੇਰੇ ਐਲ ਐਫ ਫੂਡ ਕਲੈਕਸ਼ਨ ਤੇ ਜਾ ਕੇ ਦੇਖ ਸਕਦੇ ਹੋ ਉਤੇ ਮੇ ਮਸਾਲੇ ਦੱਸਣ ਲੱਗਿਆਂ ਲੌਂਗ ਤੇ ਕਾਲੀ ਮਿਰਚਾਂ ਦੱਸਣੀਆਂ ਮੈਨੂੰ ਭੁੱਲ ਗਿਆ ਮੈਨੂੰ ਲੱਗਦਾ ਮੈਂ ਨਹੀਂ ਦੱਸੀਆਂ ਉੱਥੇ ਚਲੋ ਇੱਥੇ ਦੱਸ ਦਿੱਤੀਆਂ ਨੇ ਤੇ ਦੇਖੋ ਆਪਣਾ ਕਿੰਨਾ ਸੋਹਣਾ ਜਿਹਾ ਭੁੱਜਦਾ ਪਿਆ ਹੈ گوشਤ ਵੀ ਤੇ ਆਲੂ ਵੀ ਤੇ ਆ ਹੁਣ ਆਪਾਂ ਡੇਢ ਪਾਣੀ ਜਿਹੜਾ ਵਾ ਉਹਨੂੰ ਚੰਗੀ ਤਰ੍ਹਾਂ ਭੈਂਟ ਕੇ ਪਾ ਦਿੱਤਾ ਤੇ ਦਹੀਂ ਜਦੋਂ ਵੀ ਤੁਸੀਂ ਪਾਉਣਾ ਵਾ ਤੁਸੀਂ ਇਹ ਧਿਆਨ ਰੱਖਣਾ ਵਾ कि ਤੁਹਾਡਾ ਚੁੱਲੇ ਦੀ ਜਿਹੜੀ ਅੱਗ ਵਾ ਉਹ ਬਿਲਕੁਲ ਮੱਠੀ ਹੋਣੀ ਚਾਹੀਦੀ ਆ ਤੇ ਜਾਂ ਤੁਸੀਂ ਉਹਨੂੰ ਬਿਲਕੁਲ ਬੰਦ ਕਰ ਲਓ ਤੇ ਫਿਰ ਦਹੀਂ ਪਾ ਕੇ ਉਹਨੂੰ ਹਿਲਾ ਲਓ ਤੇ ਫਿਰ ਤੁਸੀਂ ਅੱਗ ਦੁਬਾਰਾ ਜਲਾ ਲਓ ਫਿਰ ਇਸ ਤਰੀਕੇ ਨਾਲ ਦਹੀਂ ਫਟਦਾ ਨਹੀਂ ਨਹੀਂ ਤੇ ਜਦੋਂ ਤੁਸੀਂ ਅੱਗ ਚੱਲਦੀ ਵਿੱਚ ਦਹੀਂ ਪਾ ਦਿੰਦੇ ਹੋ ਤੇ ਦਹੀਂ ਫਟ ਜਾਂਦਾ ਹੁਣ ਇਹਨੂੰ ਭੁੰਨਾਂਗੇ ਹੋਰ ਥੋੜਾ ਜਿਆ ਤਾਂ ਕਿ ਸੋਹਣਾ ਜਿਹਾ ਜ਼ਾਇਕਾ ਆਵੇ ਸਾਲਨ ਦਾ ਜਿੰਨਾ ਸਾਲਨ ਨੂੰ ਭੁੰਨਾਂਗੇ ਉਨਾ ਹੀ ਸਾਲਨ ਦਾ ਜ਼ਾਇਕਾ ਸੋਹਣਾ ਬਣੇਗਾ لیکن ਇੰਨਾ ਤੁਸੀਂ ਖਿਆਲ ਰੱਖਣਾ ਕਿ ਭੁੰਦਿਆਂ ਹੋਇਆ ਇੰਨਾ ਵੀ ਨਹੀਂ ਭੁੰਨ ਲੈਣਾ ਕਿ ਤੁਸੀਂ ਪਾਣੀ ਲਾ ਲਾ ਕੇ ਭੁੰਨੀ ਜਾਓ ਤੇ ਤੁਹਾਡੀਆਂ ਬੋਟੀਆਂ ਸਾਰੀਆਂ ਬिखर ਜਾਣ। ਬੋਟੀਆਂ ਬਿਖੇਰਨੀਆਂ ਨਹੀਂ ਤੁਸੀਂ ਬਸ ਇਹ ਸਾਬ ਰੱਖਣਾ ਕਿ ਤੁਹਾਡੀ ਬੋਟੀ ਜਿਹੜੀ ਹੈ ਸੋਹਣੇ ਤਰੀਕੇ ਨਾਲ ਗਲ ਜਾਵੇ। ਰੋਟੀ ਬਿਖਰੇ ਨਾ। ਫੇਰ ਇਹ ਸਾਲਨ ਜਪੇ ਵੀ ਸੋਹਣੀ ਲੱਗਦੀ ਹੈ ਪਲੇਟ ਵਿੱਚ। ਬਹੁਤ ਹੀ ਮਜ਼ੇਦਿੱ ਖੁਸ਼ਬੂ ਆਂਦੀ ਪਈ ਇਹ ਮੈਂ ਤੇ। ਤੁਹਾਨੂੰ ਤੇ ਨਹੀਂ ਆ ਸਕਦੀ ਖੁਸ਼ਬੂ ਤੁਸੀਂ ਸਿਰਫ ਦੇਖ ਸਕਦੇ ਹੋ ਇਹ ਆਪਣਾ ਪਕਾ ਕੇ। ਤੇ ਫੇ ਸਾਨੂੰ ਦੱਸ ਸਕਦੇ ਹੋ ਕਿ ਤੁਹਾਡਾ ਕਿਹਦਾ ਬਣਿਆ ਦੇਖੋ ਬੋਟੀਆਂ ਕਿੰਡੀਆਂ ਸੋਹਣੀਆਂ ਗਲ ਗਈਆਂ ਨੇ ਲੇਕਿਨ ਖਿਲਰੀਆਂ ਨਹੀਂ ਗਈਆਂ ਇਸ ਚੀਜ਼ ਦਾ ਹੀ ਤੁਸੀਂ ਧਿਆਨ ਰੱਖਣਾ ਬਹੁਤ ਹੀ ਜ਼ਬਰਦਸਤ ਮਾਸ਼ਾਅੱਲਾ ਖੁਸ਼ਬੂ ਆ ਰਹੀ ਹੈ ਤੇ ਜ਼ਬਰਦਸਤ ਜਿਹਾ ਸਾਲਨ ہمارا ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਿਆਂਗੇ ਮੈਂ ਤਕਰੀਬਨ 22 ਲੀਟਰ ਪਾਣੀ ਪਾਇਆ ਸੀ ਤੇ ਤੁਸੀਂ ਜਿਸ ਸ਼ੋਰਬਾ ਜ਼ਿਆਦਾ ਲਾਣਾ ਹੈ ਤੇ ਥੋੜਾ ਜ਼ਿਆਦਾ ਵੀ ਲਾ ਸਕਦੇ ਹੋ ਹੁਣ ਇਹਨੂੰ ਥੋੜੀ ਦੇਰੀ ਢੱਕ ਦਾਂਗੇ ਤਾਂ ਕਿ ਸ਼ੋਰਬਾ ਆਪਣਾ ਪੱਕ ਜਾਵੇ ਤੇ ਫਿਰ ਬਾਕੀ ਦੇ ਮਸਾਲੇ ਪਾ ਕੇ ਤੇ ਆਪਾਂ ਉੱਥੇ ਵੀਡੀਓ ਨੂੰ ਫਾਈਨਲ ਕਰ ਦੇਣਾ ਹੁਣ ਸ਼ੋਰਬਾ ਆਪਣਾ ਪੱਕਣ ਲੱਪਿਆ ਹੈ ਹੁਣ ਤੁਹਾਡੀ ਅੱਗ ਤੇ ਡਿਪੈਂਡ ਕਰਦਾ ਹੈ ਕਿ ਜੇ ਤੁਸੀਂ ਅੱਗ ਜ਼ਿਆਦਾ ਥੱਲੇ ਬਾਲੀ ਹੋਈ ਹੈ ਲੱਕੜੀਆਂ ਤੇ ਪਕਾ ਰਹੇ ਹੋ ਤੁਹਾਡਾ ਸ਼ੋਰਬਾ ਛੇਤੀ ਪੱਕ ਜਾਊਗਾ ਜੇ ਸਿਲੰਡਰ ਤੇ ਪਕਾ ਰਹੇ ਹੋ ਤਾਂ ਥੋੜਾ ਤੇਲ ਲੱਗੂਗੀ ਬਸ ਤੁਸੀਂ ਇਹ ਧਿਆਨ ਕਰ ਲੈਣਾ ਸ਼ੋਰਬਾ ਪੱਕ ਗਿਆ ਸਾਡਾ ਤੇ ਹੁਣ ਹਰੀਆਂ ਮਿਰਚਾਂ ਲੰਮੀਆਂ ਕੱਟ ਕੇ ਪਾ ਦਿੱਤੀਆਂ ਨੇ ਆਪਾਂ ਧਨੀਆਂ ਪਾ ਦਿੱਤਾ ਤੇ ਹੁਣ ਉਹ ਜਿਹੜਾ ਪਾਊਡਰ ਮਸਾਲਾ ਆਪਾਂ ਲਚੀਆਂ ਤੇ ਜੈਫਲ ਜਵਤਰੀ ਪੀਸ ਕੇ ਰੱਖੀ ਸੀ ਉਹ ਹੁਣ ਆਪਾਂ ਹੁਣ ਪਾਉਣੀ ਆ ਤਾਂ ਕਿ ਸਾਲਨ ਦਾ ਬਹੁਤ ਸੋਨਾ ਵਧੀਆ ਜਿਹਾ ਟੇਸਟ ਆਵੇ ਤੇ ਖੁਸ਼ਬੂ ਵੀ ਬਹੁਤ ਸੋਹਣੀ ਆਣ ਲੱਗ ਪਈ ਹੈ ਲੈ ਹੁਣ ਇਹਨੂੰ ਆਪਾਂ ਟੱਕ ਦਿੰਨੇ ਆ ਵੀਡੀਓ ਚੰਗੀ ਲੱਗੇ ਤੇ ਲਾਈਕ ਕਰਿਆ ਜੇ ਮਿਲਾਂਗੇ ਅਗਲੀ ਵੀਡੀਓ ਚ ਅੱਲਾ ਹਫੇਜ਼